आगे जनाब अस्ता थक गई, सारा दिन नहीं बैठा ना मिले। लगता तेनू वेली रहने की आदत पै गई, काफी टाइम हो गया सी ना जॉब ते नहीं गई सी। नहीं नहीं आज काम ही ज्यादा सी। चल कोई नहीं, फिर घर दे काम थोड़ा रेस्ट करके कर ली। हेलो। हेलो मैडम। हाँ जी सर। मैडम तो आना पड़ेगा, थोड़ा अर्जेंट काम पड़ गया। पर सर मैं तो होने घर पहुंची हूं। चलो मैं चाय पी के आनी है फिर। उसी मैडम जल्दी आ जाओ, चाय और जाके मिल जाओ, आ जल्दी। अच्छा चलो सर मैं आनी है, मैनू अर्जेंट काम पै गया, मैनू जाना पऊगा। चलो फिर तू एवें कर, चाय बना लिया, नाले तो तू पी लेगी नाले मैं पी लूंगा। मैं चाय उत्थे ही पी लूंगी, तुम एक काम करो बेबे जी नू कह दो वो बना लेंगे। मैं चल दी हूं। ओ लानेदारा बड़ा उदास जा बैठा है, की चक्कर हो गया? ओ भाई की दसां, फसल एकदी बहुत घट निकली है ते कर्जा लेके बिजी थी, हुण ये नहीं समझ आउंदा वी कर्जा मोड़ांगे किवें। ओ लानेदारा फिर तू एक काम कर, भारत एग्री एप्लीकेशन डाउनलोड कर ते मैं जिवें जिवें कहूंगा तू उवें उवें करी। ये भारत एग्री है की? ओ लानेदारा ये भारत एग्री एप्लीकेशन किसानां लई बहुत वधिया एप्लीकेशन है। इत्थे फसलां दे बारे दस्या हुंदा वी किहड़ी फसल किवें बीजणी है, जिवें हुण मक्की बीजी हुई है वी उह आपां ने किवें बीजणी है, जे इहनूं कोई रोग लग जांदा है तां इत्थे उह वी दस्या होया देख वी आपां ने है ना ਕਿਵੇਂ ਇਹ ਰੋਗ ਨੂੰ ਹਟਾਉਣਾ, ਕਿਹੜੀ ਦਵਾਈ ਇੱਥੇ ਯੂਜ਼ ਕਰਨੀ ਹੈ ਆਪਾਂ ਨੇ। ਫਿਰ ਇੱਥੇ ਆਪਾਂ ਨੂੰ ਮੌਸਮ ਬਾਰੇ ਵੀ ਜਾਣਕਾਰੀ ਦਿੱਤੀ ਹੁੰਦੀ ਹੈ ਵੀ ਕਿਹੜੀ ਫਸਲ ਕਿਹੜੇ ਮੌਸਮ 'ਚ ਬੀਜਣੀ ਹੈ ਅਤੇ ਇਹਨੂੰ ਪਾਣੀ ਆਪਾਂ ਨੇ ਕਦੋਂ ਲਾਉਣਾ। ਅਤੇ ਇੱਥੇ ਜੇ ਆਪਾਂ ਫਿਰ ਵੀ ਕੋਈ ਸਮਝ ਨਾ ਆਵੇ ਤਾਂ ਆਪਾਂ ਫੋਨ ਤੋਂ ਵੀਡੀਓ ਕਾਲ ਕਰਕੇ ਐਕਸਪਰਟ ਨਾਲ ਸਿੱਧੀ ਗੱਲ ਵੀ ਕਰ ਸਕਦੇ ਹਾਂ, ਠੀਕ ਹੈ? ਅਤੇ ਜੇ ਆਪਾਂ ਨੇ ਕੋਈ ਵੀ ਔਨਲਾਈਨ ਬੀਜ ਮੰਗਵਾਉਣਾ ਹੋਵੇ ਤਾਂ ਉਹ ਔਨਲਾਈਨ ਔਡਰ ਵੀ ਕਰ ਸਕਦੇ ਹਾਂ, ਇਹਨਾਂ ਤੋਂ ਸਿੱਧੇ ਬੀਜ ਮੰਗਵਾ ਸਕਦੇ ਹਾਂ। ਇਹ ਤਾਂ ਫਿਰ ਭਾਈ ਬਹੁਤ ਵਧੀਆ ਐਪਲੀਕੇਸ਼ਨ ਹੈ, ਇਹਨੂੰ ਡਾਊਨਲੋਡ ਕਿਵੇਂ ਕਰਾਂ? ਲਾਣੇਦਾਰਾ ਇਹਨੂੰ ਤੂੰ ਆ ਦੇਖ, ਤੇਰੇ ਪਲੇ ਸਟੋਰ 'ਚ ਜਾ ਕੇ ਵੀ ਡਾਊਨਲੋਡ ਕਰ ਸਕਦਾ। ਅਤੇ ਹਾਂਜੀ ਕਿਸਾਨ ਵੀਰੋ, ਤੁਸੀਂ ਇਸ ਨੂੰ ਆਪਣੇ ਡਿਸਕ੍ਰਿਪਸ਼ਨ ਦਿੱਤੇ ਹੋਏ ਲਿੰਕ 'ਤੇ ਕਲਿੱਕ ਕਰਕੇ ਉੱਥੋਂ ਵੀ ਜਾ ਕੇ ਡਾਊਨਲੋਡ ਕਰ ਸਕਦੇ ਹੋ। ਅਤੇ ਭਾਰਤ ਐਗਰੀ ਐਪ ਦੇ ਨਾਲ ਤਰੱਕੀ ਆ ਪੱਕੀ। ਬੇਬੇ ਚਾਹ ਬਣਾ ਲਿਆ। ਬਹੂ ਆਈ ਨਹੀਂ ਹਜੇ? ਨਾ ਆਈ ਤਾਂ ਹੈਗੀ ਸੀ, ਉਹ ਦੁਬਾਰਾ ਚਲੀ ਗਈ, ਕੋਈ ਕੰਮ ਹੋ ਗਿਆ ਜ਼ਰੂਰੀ। ਚੱਲ ਕੋਈ ਨਹੀਂ ਪੁੱਤਾ ਆ ਜੂਗੀ, ਮੈਂ ਬਣਾਉਂਦੀ ਹਾਂ ਚਾਹ। ਠੀਕ ਹੈ ਬੇਬੇ ਬਣਾ ਲਿਆ। ਫੋਨ ਵੀ ਨਹੀਂ ਚੱਕਦੀ, ਪਤਾ ਨਹੀਂ ਕਿੱਥੇ ਬਿਜ਼ੀ ਆ। ਲੈ ਪੁੱਤ ਚਾਹ। ਪੁੱਤ ਬਹੂ ਨੂੰ ਪੁੱਛ ਲੈਂਦਾ ਫੋਨ ਕਰਕੇ ਕਿੰਨੇ ਕੁ ਟਾਈਮ ਨੂੰ ਆਊਗੀ, ਜੇ ਲੇਟ ਆਊਗੀ ਤਾਂ ਦਾਲ ਸਬਜ਼ੀ ਤਾਂ ਮੈਂ ਕਰ ਲੈਂਦੀ ਫਿਰ। ਉਹ ਬੇਬੇ ਉਹਦਾ ਫੋਨ ਹੀ ਨਹੀਂ ਚੱਕਦੀ, ਮੈਂ 2-3 ਵਾਰ ਕਰਕੇ ਦੇਖ ਲਿਆ, ਪਤਾ ਨਹੀਂ ਕਿੱਥੇ ਬਿਜ਼ੀ ਆ। ਕੋਈ ਨਾ ਪੁੱਤ ਕੋਈ ਕੰਮ ਕਰਦੀ ਹੋਣੀ ਆਜੂਗੀ, ਮੈਂ ਚਾਹ ਪੀ ਕੇ ਨਾ ਕਰਦੀ ਹਾਂ ਦਾਲ ਸਬਜ਼ੀ ਦਾ ਕੋਈ। ਐਵੇਂ ਤਾਂ ਔਖਾ ਹੀ ਆ ਬੇਬੇ, ਕੋਈ ਡਿਊਟੀ ਦਾ ਤਾਂ ਟਾਈਮ ਤਾਂ ਹੈ ਨਹੀਂ। ਪੁੱਤ ਪੁਲਿਸ ਦੀ ਨੌਕਰੀ ਤਾਂ ਆਈ ਹੈ, ਇਹਨਾਂ ਨੂੰ ਤਾਂ ਕਿਸੇ ਤਿਉਹਾਰ ਨੂੰ ਵੀ ਲੋਹੜੀ ਦੀਵਾਲੀ ਨੂੰ ਵੀ ਨਹੀਂ ਮਿਲਦੀ ਛੁੱਟੀ, ਇਹਨਾਂ ਤਾਂ ਸੜਕਾਂ 'ਤੇ ਗੁਜ਼ਰਦੀ ਹੈ ਰਾਤਾਂ ਦਿਨ। ਹਾਂ ਬੇਬੇ ਉਹ ਤਾਂ ਹੈਗਾ, ਪਰ ਆਪਾਂ ਐਵੇਂ ਕਰਾਂਗੇ ਇਹਦੀ ਪੁਲਿਸ ਦੀ ਨੌਕਰੀ ਛੁਡਵਾ ਕੇ ਕੋਈ ਹੋਰ ਨੌਕਰੀ 'ਤੇ ਲਗਵਾ ਦਾਂਗੇ ਇਹਨੂੰ। ਵੀ ਨੌਕਰੀਆਂ ਕਿਤੇ ਧਰੀਆਂ ਪਈਆਂ ਨੇ, ਵੇਹ ਛੁਡਵਾ ਕੇ ਹੋਰ ਕਰਾ ਦਾਂਗੇ, ਇਹ ਵੀ ਇਹਨੂੰ ਇਹਦੇ ਬਾਪ ਵਾਲੀ ਮਿਲੀ ਹੋਈ ਹੈ। ਓਏ ਬੇਬੇ ਜੇ ਸਰਕਾਰੀ ਨਹੀਂ ਮਿਲੂਗੀ ਤਾਂ ਕੋਈ ਪ੍ਰਾਈਵੇਟ ਨੌਕਰੀ ਕਰਾ ਲਾਂਗੇ। ਪਹਿਲਾਂ ਤਾਂ ਬੜਾ ਚਾਅ ਸੀ ਤੈਨੂੰ ਸਰਕਾਰੀ ਨੌਕਰੀ ਦਾ, ਹੁਣ ਐਡੀ ਛੇਤੀ ਮਨ ਹੀ ਅੱਕ ਗਿਆ। ਹੈਲੋ। ਹੈਲੋ। ਓ ਹਾਂ ਯਾਰ ਤੂੰ ਕਿੱਥੇ ਸੀ, ਫੋਨ ਤਾਂ ਚੱਕ ਲਿਆ ਕਰ, ਮੈਂ ਇੰਨੇ ਫੋਨ ਕਰ ਲਏ ਤੈਨੂੰ। ਓ ਐਕਚੁਅਲੀ ਨਾ ਫੋਨ ਸਾਇਲੈਂਟ ਤੇ ਲੱਗਾ ਆਇਆ ਸੀ, ਤਾਂ ਕਰਕੇ ਪਤਾ ਹੀ ਨਹੀਂ ਲੱਗਾ। ਅੱਛਾ ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਇੱਕ ਗੱਲ ਕਹਿਣੀ ਸੀ ਕਿ ਅੱਜ ਨਾ ਥੋੜ੍ਹਾ ਲੇਟ ਹੋ ਜਾਏਗਾ ਤੇ ਅੱਜ ਮੈਂ ਆਪਣੀ ਫਰੈਂਡ ਦੇ ਘਰ ਰੁਕ ਜਾ, ਐਕਚੁਅਲੀ ਉਹਦਾ ਘਰ ਨਾ ਨੇੜੇ ਹੀ ਹੈ ਸਟੇਸ਼ਨ ਤੋਂ। ਅੱਛਾ ਮਤਲਬ ਅੱਜ ਦਾ ਸਾਰਾ ਦਿਨ ਤਾਂ ਤੇਰਾ ਉੱਥੇ ਲੰਘ ਗਿਆ, ਫਿਰ ਕੱਲ੍ਹ ਤਾਂ ਸਾਰਾ ਦਿਨ ਵੀ ਤੇਰਾ ਉੱਥੇ ਲੰਘਣਾ ਹੈ ਤੇ ਰਾਤ ਵੀ ਸਾਰੀ ਉੱਥੇ ਲੰਘੂਗੀ, ਮੇਰੇ ਲਈ ਤਾਂ ਫਿਰ ਯਾਰ ਤੇਰੇ ਕੋਲ ਕੋਈ ਟਾਈਮ ਹੀ ਨਹੀਂ।
ਮੇਰੇ ਜਨਾਬ ਸੋ ਵੀ ਗਏ ਕੀ ਗੱਲ ਮੇਰੀ ਵੇਟ ਵੀ ਨਹੀਂ ਕਰੀ ਤੇਰਾ ਇੰਨਾ ਲੇਟ ਉਹ ਪੁੱਤ ਕੀ ਕਰਾਂ ਅਰਜਨ ਕੇਸ ਆ ਗਿਆ ਸੀ ਹੁਣ ਜਵਾਬ ਵੀ ਨਹੀਂ ਦੇ ਸਕਦੀ ਸੀ ਤੁਸੀਂ ਆਹ ਦੱਸੋ ਰੋਟੀ ਖਾ ਲਈ ਹਾਂ ਮੈਂ ਤਾਂ ਖਾ ਲਈ ਤੁਹਾਨੂੰ ਕਿਹਾ ਤਾਂ ਸੀਗਾ ਕਿ ਮੈਂ ਆ ਰਹੀ ਹਾਂ ਰੁਕ ਜਾਂਦੇ ਵੇਟ ਕਰ ਲੈਂਦੇ ਮੇਰੀ ਮੈਨੂੰ ਯਾਰ ਭੁੱਖ ਲੱਗ ਰਹੀ ਸੀ ਮੇਰੇ 'ਚ ਵੇਟ ਕਰਨ ਦਾ ਸਬਰ ਨਹੀਂ ਸੀ ਚਲੋ ਕੋਈ ਨਹੀਂ ਫਿਰ ਮੈਂ ਇਕੱਲੀ ਬਣਾ ਕੇ ਖਾ ਲੈਂਦੀ ਹਾਂ ਤੂੰ ਕਿਹੜਾ ਮੇਰੇ ਨਾਲ ਚਾਹ ਪੀ ਕੇ ਗਈ ਸੀ ਮੈਂ ਵੀ ਤਾਂ ਚਾਹ ਇਕੱਲੇ ਨਹੀਂ ਪੀਤੀ ਸੀ ਅੱਛਾ ਜਨਾਬ ਗੁੱਸਾ ਕਰ ਗਏ ਯਾਰ ਹੁਣ ਮੈਂ ਵੀ ਕੀ ਕਰਾਂ ਜੋਬ ਇਸ ਤਰ੍ਹਾਂ ਦੀ ਹੈ ਅਰਜਨ ਕੰਮ ਹੁੰਦਾ ਜਾਣਾ ਹੀ ਪੈਂਦਾ ਫਿਰ ਤਾਂ ਕੋਈ ਬਹਾਨਾ ਬਣਾ ਦਿੰਦੀ ਉਹ ਕਿਹੜਾ ਆਪਣੇ ਘਰੇ ਆ ਕੇ ਦੇਖਣ ਆਉਣ ਲੱਗੇ ਸੀ ਤੈਨੂੰ ਇਹ ਜੋਬ ਇਸ ਤਰ੍ਹਾਂ ਦੀ ਹੈ ਹੁਣ ਬਹਾਨਾ ਵੀ ਨਹੀਂ ਮਾਰ ਸਕਦੇ ਨਾ ਕੋਈ ਜਾਣਾ ਤਾਂ ਪੈਂਦਾ ਹੀ ਹੈ ਰਸਤੇ ਕੋਈ ਪ੍ਰੋਬਲਮ ਤਾਂ ਨਹੀਂ ਆਈ ਹਨੇਰਾ ਬਹੁਤ ਹੋ ਗਿਆ ਸੀ ਤੈਨੂੰ ਨਹੀਂ ਨਹੀਂ ਸਰ ਹੈਗੇ ਸੀ ਮੇਰੇ ਨਾਲ ਉਹ ਛੱਡ ਕੇ ਗਏ ਨੇ ਕਰਤੀ ਤੇਰੇ ਕੋਲ ਮੋਟਰਸਾਈਕਲ ਤਾਂ ਹੈਗਾ ਸੀ ਉਹ ਤੇ ਆ ਜਾਂਦੀ ਉਹ ਨਹੀਂ ਨਹੀਂ ਆ ਤਾਂ ਮੈਂ ਮੋਟਰਸਾਈਕਲ ਤੇ ਹੀ ਰਹੀ ਸੀ ਪਰ ਸਰ ਕਹਿੰਦੇ ਹਨੇਰਾ ਹੋ ਗਿਆ ਕੱਲੀ ਕਿੱਥੇ ਜਾਏਂਗੀ ਫਿਰ ਇਸ ਲਈ ਉਹ ਛੱਡਣ ਆ ਗਏ ਮੋਟਰਸਾਈਕਲ ਮੈਂ ਥਾਣੇ 'ਚ ਖੜਾ ਰਹੀ ਸੀ ਚਲ ਕੋਈ ਨਹੀਂ ਕੱਲ੍ਹ ਫਿਰ ਤੈਨੂੰ ਮੈਂ ਛੱਡ ਆਊਂਗਾ ਕੱਲ੍ਹ ਫਿਰ ਆਉਂਦੀ ਹੋਈ ਮੋਟਰਸਾਈਕਲ ਚੱਕ ਲਈ ਫਿਰ ਤੈਨੂੰ ਐਕਟਿਵਾ ਲੈ ਦਾਂਗੇ ਮੈਂ ਦੇਖ ਕੇ ਆਇਆ ਐਕਟਿਵਾ ਇੱਕ ਕੱਲ੍ਹ ਤਾਂ ਮੈਂ ਸਰ ਨਾਲ ਚਲੀ ਜਾਊਂਗੀ ਮੈਂ ਉਹਨਾਂ ਨੇ ਜਾਣਾ ਕੱਲ੍ਹ ਵੈਸੇ ਵੀ ਮੋਹਾਲੀ ਡਿਊਟੀ ਹੈ ਸਾਡੀ ਕੱਲ੍ਹ ਅੱਛਾ ਮੈਨੂੰ ਇੱਕ ਗੱਲ ਦੱਸ ਤੇਰੀ ਡਿਊਟੀ ਸਰ ਨਾਲ ਹੀ ਹੁੰਦੀ ਹੈ ਕਿਸੇ ਮੈਡਮ ਨਾਲ ਕਿਉਂ ਨਹੀਂ ਹੁੰਦੀ ਓਹੋ ਮੈਡਮਾਂ ਵੀ ਤਾਂ ਜਾਣਗੀਆਂ ਸਾਡੇ ਨਾਲ ਅੱਛਾ ਚਲ ਕੋਈ ਨਹੀਂ ਚਲੇ ਆਇਆ ਫਿਰ ਕੀ ਗੱਲ ਤੁਸੀਂ ਰੁੱਸੇ ਰੁੱਸੇ 'ਚ ਲੱਗ ਰਹੇ ਹੋ ਬੜੇ ਜੇ ਕੋਈ ਗੱਲ ਹੈ ਤਾਂ ਦੱਸ ਦਿਓ ਓ ਨਹੀਂ ਨਹੀਂ ਮੈਨੂੰ ਨੀਂਦ ਆ ਰਹੀ ਸੀ ਗੱਲ ਤਾਂ ਕੋਈ ਨਹੀਂ ਹੈਗੀ ਚਲੋ ਫਿਰ ਮੈਂ ਇੱਕ ਕੰਮ ਕਰਦੀ ਹਾਂ ਦੁੱਧ ਗਰਮ ਕਰਕੇ ਲਿਆ ਦਿੰਦੀ ਹਾਂ ਉਹ ਪੀ ਕੇ ਤੁਸੀਂ ਪੈ ਜਿਓ ਅਤੇ ਹਾਂ ਮੈਂ ਇੱਕ ਗੱਲ ਦੱਸਣੀ ਸੀ ਮੇਰੀ ਨਾ ਇਲੈਕਸ਼ਨ ਡਿਊਟੀ ਲੱਗ ਰਹੀ ਹੈ ਕੋਈ ਗੱਲ ਨਹੀਂ ਡਿਊਟੀ ਤਾਂ ਕਰਨੀ ਹੀ ਪੈਣੀ ਆ ਚਾਹੇ ਥਾਣੇ 'ਚ ਹੋਵੇ ਚਾਹੇ ਇਲੈਕਸ਼ਨ 'ਚ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਮੈਨੂੰ ਉਸ ਦਿਨ ਜਲਦੀ ਜਾਣਾ ਪਊਗਾ ਸਵੇਰੇ ਅਤੇ ਰਾਤ ਨੂੰ ਘਰ ਵੀ ਨਹੀਂ ਆਇਆ ਜਾਣਾ ਦੋ ਕੁ ਰਾਤਾਂ ਬਾਹਰ ਹੀ ਲੱਗਣਗੀਆਂ ਫਿਰ ਤੂੰ ਇਲੈਕਸ਼ਨ ਡਿਊਟੀ ਤੋਂ ਜਵਾਬ ਦੇ ਦੇ ਵੀ ਮੈਂ ਨਹੀਂ ਕਰ ਸਕਦੀ ਮੇਰੀ ਮਰਜ਼ੀ ਥੋੜ੍ਹਾ ਨਾ ਚੱਲਦੀ ਹੈ ਇਸ 'ਚ ਡਿਊਟੀ ਤਾਂ ਡਿਪਾਰਟਮੈਂਟ ਉੱਪਰੋਂ ਲਗਾ ਕੇ ਭੇਜਦਾ ਮੈਂ ਜਵਾਬ ਕਿਵੇਂ ਦੇ ਸਕਦੀ ਹਾਂ ਹੁਣ ਮਤਲਬ ਤੂੰ ਟੂ ਨਾਈਟਸ ਬਾਹਰ ਰਹਿਣ ਲਈ ਤਿਆਰ ਹੈ ਹਾਂ ਰਹਿਣਾ ਹੀ ਪਊਗਾ ਮਤਲਬ ਮੈਂ ਕਿਹੜਾ ਇਕੱਲੀ ਹਾਂ ਉੱਥੇ ਹੋਰ ਵੀ ਤਾਂ ਸਟਾਫ ਹੈਗਾ ਚਲੋ ਹੁਣ ਮੈਂ ਇੱਕ ਕੰਮ ਕਰਦੀ ਹਾਂ ਜਾ ਕੇ ਡਿਨਰ ਕਰ ਲੈਂਦੀ ਹਾਂ ਫਿਰ ਉਸ ਤੋਂ ਬਾਅਦ ਮੈਂ ਫਰੈਸ਼ ਫਰੁਸ਼ ਹੋ ਕੇ ਤੁਹਾਡੇ ਲਈ ਦੁੱਧ ਲਿਆ ਦੂੰਗੀ ਫਿਰ ਤੁਸੀਂ ਸੋ ਜਾਓ ਠੀਕ ਹੈ ਨਹੀਂ ਦੁੱਧ ਤਾਂ ਰਹਿਣ ਦੇ ਯਾਰ ਮੇਰਾ ਮੂਡ ਨਹੀਂ ਹੈਗਾ ਹਾਂਜੀ ਸਰ ਪਹੁੰਚ ਕੇ ਤੁਸੀਂ ਅੱਛਾ ਓਕੇ ਇੱਕ ਕੰਮ ਕਰੋ ਨਾ ਸਰ ਫਿਰ ਤੁਸੀਂ ਅੰਦਰ ਆ ਕੇ ਬਹਿ ਜਾਓ ਕਿਉਂਕਿ ਮੈਨੂੰ ਨਾ 10 ਕੁ ਮਿੰਟ ਲੱਗ ਜਾਣਗੇ ਹਲੇ ਹਾਂਜੀ ਹਾਂਜੀ ਤੁਸੀਂ ਅੰਦਰ ਆ ਜਾਓ ਆਪਾਂ ਬਾਈ ਜੀ ਕਿਹੜੇ ਡਿਪਾਰਟਮੈਂਟ ਜੋਬ ਕਰਦੇ ਹਾਂ ਮੈਂ ਸਰ ਐਗਰੀਕਲਚਰ ਜੀ ਐਗਰੀਕਲਚਰ 'ਚ ਕਿਹੜੀ ਪੋਸਟ 'ਤੇ ਸਰ ਮੈਂ ਖੇਤੀਬਾੜੀ ਉਹ ਕਰਦਾ ਜੀ ਅੱਛਾ ਘਰੇਲੂ ਕੰਮ ਕਰਦੇ ਤੁਸੀਂ ਹਾਂਜੀ ਹਾਂ ਕਿਤੇ ਜੋਬ ਲਈ ਅਪਲਾਈ ਅਪਲੂਈ ਕੀਤਾ ਨੇ ਹਾਂ ਸਰ ਕੀਤਾ ਤਾਂ ਸੀ ਅਤੇ ਸਰਕਾਰੀ ਮਿਲੀ ਨਹੀਂ ਮੈਨੂੰ ਕੋਈ ਅਤੇ ਪ੍ਰਾਈਵੇਟ ਫਰਮ ਮੈਂ ਆਪ ਹੀ ਨਹੀਂ ਕੀਤੀ ਹਾਂਜੀ ਸਰ ਸਰ ਮੈਂ ਰੈਡੀ ਹੋ ਗਈ ਹਾਂ ਬਸ ਚਾਹ ਬਣਾ ਕੇ ਲਿਆਉਂਦੀ ਹਾਂ ਆਪਾਂ ਪੀ ਕੇ ਫਿਰ ਚੱਲਦੇ ਹਾਂ ਮੈਡਮ ਆਪਾਂ ਪਹਿਲੇ ਲੇਟ ਹੋਏ ਪਏ ਹਾਂ ਆਪਾਂ ਉੱਥੇ ਜਾ ਕੇ ਚਾਹ ਪੀ ਲਾਂਗੇ ਚਲੋ ਚੱਲੀਏ
ਮਾਰਕੋ ਦੱਸੋ ਕਿੱਧਰ ਚੱਲੇ ਘੁੰਮਣਾ ਜਿੱਥੇ ਤੁਹਾਡੀ ਮਰਜ਼ੀ ਆ ਉੱਥੇ ਲੈ ਚੱਲੋ ਨਹੀਂ ਨਹੀਂ ਮੇਰੀ ਕਾਵਿਆ ਮੈਂ ਨਹੀਂ ਕਰ ਸਕਦੀ ਮੈਂ ਕੱਲ੍ਹ ਸੋਚ ਰਿਹਾ आजा बेबे अंदर आ जा पुत बहू किथे गई बेबे तो ड्यूटी ते चली गई ना तो पुत मेनू रात मिली है ना हुन मिल के गई हैगी ओ बेबे ओदा ना सारा आया होया सी ओदे नाल चली गई मैनू लगदा जल्दी जल्दी तेनू मिल के आना भुल गई होनी अच्छा पुत हां बेबे एक गल पूछा तेनू हां हां पूछ तू इस कुड़ी नाल ब्याह करा के खुश है हाँ बेबे मैं पूरा खुश हाँ तेनू की लगता मैं खुश नहीं चल पुत खुश ही चाहता गा हल मैं रोटी बनाऊनी है बेबे तेन मेरे ब्याह कराए तो कोई है ना फायदा तो नहीं होया सारा काम तेनू ही करना पैंदा सवेरे शाम रोटी तू ही बनानी है पुत फिर उन्हें ड्यूटी जाना हुंदा गा हाँ ये भी है बेबे भावें कर दें कोई काम वाली रख लें ना पुत काम वाली क्यों रख लें जिन्ना मेरे काम हुंदा मैं करूंगी मैनू सब लसन ड्यूटिया का अब यार घूमते फिरते ਮੈਨੂੰ ਤਾਂ ਸਿਰ ਦੀ ਸੋਹ ਲੱਗੇ ਮੈਂ ਇਲੈਕਸ਼ਨ ਡਿਊਟੀ ਤੇ ਗਈ ਸੀ ਕਿਸੇ ਨਾਲ ਘੁੰਮਣ ਨਹੀਂ ਗਈ ਸੀ ਨਾ ਬਦ ਜ਼ਰਨ ਤੇ ਮੈਂ ਬੁਰੇ ਬਦ ਜ਼ਰਨ ਜ਼ਾਇਨਾ ਨੂੰ ਪਹਿਲਾਂ ਹੀ ਰੱਖਿਆ ਗਿਆ ਨੇ ਬਦ ਜ਼ਰਨ ਤੇ ਮੈਨੂੰ ਮੈਂ ਬਦ ਗਿਆ ਮਦਲ ਜ਼ਰਨ ਮੈਂ ਬਦ ਗਿਆ ਦੇਖੋ ਤੁਸੀਂ ਨਸ਼ੇ ਚੋਂ ਹੁਣ ਸੋ ਜਾਓ ਚੁੱਪ ਕਰਕੇ ਆਪਾਂ ਸਵੇਰੇ ਗੱਲ ਕਰਦੇ ਹਾਂ हाय रब्बा कैसी किस्मत लिखी है मेरी इन्ना सही होने के बावजूद भी मैंने कितना गलत किया जा रहा है इस घर चा ਇਹ ਚੀਨੀ ਵੀ ਪੈਂਦੀ ਹੁੰਦੀ ਆ ਕੱਲਾ ਦੁੱਧ ਦੇ ਪੱਤੀ ਪਾ ਕੇ ਨਹੀਂ ਚਾਹ ਬਣਦੀ ਹੁੰਦੀ ਮੈਂ ਪਾਈ ਸੀ ਚੀਨੀ ਉਹ ਘੱਟ ਰਹਿ ਗਈ ਹੁੰਦੀ ਲਿਆਉਂ ਪਾ ਦੇ ਚੀਨੀ ਹੁਣ ਪਾਏਂਗੀ ਤੂੰ ਚੀਨੀ ਹੋ ਜਾ ਤੁਸੀਂ ਨਾ ਰੋਟ ਕਿਉਂ ਹੋਈ ਜਾਂਦੇ ਹੋ ਮੇਰੇ ਨਾਲ ਜਦ ਕਿ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਸਿਰਫ ਡਿਊਟੀ ਤੇ ਸੀ ਤੁਸੀਂ ਮੇਰੇ ਕਿਸੇ ਵੀ ਕੁਲੀਕ ਤੋਂ ਪੁੱਛ ਸਕਦੇ ਹੋ ਯਾਰ ਮੈਨੂੰ ਕੀ ਲੋੜ ਆ ਕਿਸੇ ਤੇਰੇ ਕੁਲੀਕ ਨੂੰ ਪੁੱਛਣ ਦੀ ਨਾਲੇ ਦਾ ਰੋਟੀ ਬਣਾ ਕੇ ਆਏਗਾ ਡਿਊਟੀ ਤੇ ਬੇਬੇ ਨੂੰ ਕੱਲੀ ਨੂੰ ਔਖਾ ਹੁੰਦਾ ਠੀਕ ਹੈ ਜੀ रोटी ते जाना जा तो मैं आपे बना रोटी
बेबे जी इलेक्शन च ड्यूटी लगी सी इस करके मैं घर के काम नहीं कर पाई। अगे कड़ा मैं बनाऊंगी नहीं, मैं आप ही बना लूँ। थोड़ा ड्यूटी लगी रही है, कद इलेक्शन च कद कासे च कद कासे च। बेबे जी फिर मैं नौकरी छड़ दिनी हाँ। यह जी सलाह आपदे खसम ना करी, मैं नौकरी छड़ा के की लेना। देखो बेबे जी जो नौकरी करवानी है तो फिर टाइम तो ड्यूटी तो जाना ही पेगा। जे टाइम सिर जाना ना फिर टाइम सिर आना भी पिया करू, ये थोड़ी भी अद्धी रात आ जाए। मेरा पुत शराब नू हाथ नहीं सी लाउंदा, मेरा पुत शराबी बन गया। बेबे जी मैं कड़ा उन्हां नू शराब दी बोतल लिया के दिनी आ जो मैं उन्हां नू पीन लाता। जे लिया के नहीं दिंदी पीन तो लाता ना। देख भाई सवेरे ड्यूटी ते घूम टाइम नाल जाया कर, पर शाम नू नेरा होण तों पहलां आया कर। ठीक है बेबे जी मैं डिपार्टमेंट च गल करके देख दी हां। काव्या तेनू ब्याह तो बाद खुश होना चाहिए सी, तू दस दस रहनी आ, क्यों सास सहुरा तंग तो नहीं करते तेनू? नहीं नहीं सर ऐसी कोई भी गल नहीं हैगी, तुहानू उंजी लग्गिया होना। काव्या तेनू हमेशा आपदी सोटी भैण वांगू समझिया, जे कोई गल आ तां मैनू खुल के दस। सर एक्चुअली गल यह है कि इलेक्शन ड्यूटी करके असी लेट हो जाते सी, इस करके मेरा हसबेंड मेरे ते शक करन लग गया, ते हुण आपां कदे कदे एमरजेंसी केस करके लेट हो जाने आ तो मेरी सस भी प्रॉब्लम करती है। तो ब्याह तो पहला दस्या नहीं सी उन्हां नूं वी एवें ड्यूटी लगदे रहिंदे ने? सर उन्हां नूं सब कुछ पता सी ब्याह तो पहला कि मैं लेट आनी आ, ड्यूटीज लगदी रहिंदियां ने, फोन ते तो साडी गल हुंदी रहिंदी सी, पता नहीं हुण फिर हुण बाद च क्यों प्रॉब्लम करदे ने जां सब कुछ पहलां पता सी? सर मैनूं लगदा मेरी किस्मत ही माड़ी लिखी है रब ने, जिथे पहले रिश्ता होया सी उत्थे वी आही कलेश रहिंदा सी, पर मैनूं हुण लगा सी कि नहीं हुण सब ठीक हो सकदा, पर इत्थे वी उही कलेश रहिंदा। रोज रोज का कलेस चंगा नहीं होंदा, तुसीं बैठ के समझा दो ना गल उन्हां नूं। सर सब समझा के देख लिया, हुण तां मैनूं लगदा कि मैनूं नौकरी छड्डनी पैणी है। नौकरी नहीं छड्डी, नौकरी कड़ा रोज रोज मिलदियां नेगियां। पहला नौकरी करके सहुरे छड्डे सी ते हुण लगदा है सहुरिआं करके नौकरी छड्डनी पैणी है। हुण रोज रोज का विआह कराणो रही, कद तक एवें चलदा रहेगा? फिर तुसीं एवें करो, तुसीं 3 महीने की छुट्टी लै लो, तुसीं उन्हां नूं कह दो ना घर कि नौकरी छड्डती, फिर ठीक आ जाओ सब। ठीक कह रहे हो सर तुसी, आखिर कुछ तो करना ही पेगा, चलो आही ट्राई करके देख लेनी है। चलो मैडम कोई काम भी कर लिया ना, काफ़ी टाइम हो गया अपन बैठे ना, साहब भी आने वाले होंगे। तो ड्यूटी नहीं जाना अज, टाइम तो इन्ना हो गया तैयार हो ही नहीं। मैं जॉब छत्ती। चल कोई नहीं फिर कड़ा आप भुखे मरन लग गया। ਬਹੂ ਗਈ ਨਹੀਂ ਅੱਜ ਡਿਊਟੀ 'ਤੇ? ਬੇਬੇ ਨੇ ਨੌਕਰੀ ਛੱਡਤੀ। ਛੱਡੀ ਤਾਂ ਕਾਹਨੂੰ ਹੋਊਗੀ, ਤੂੰ ਛੁਡਾਈ ਹੋਊਗੀ। ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਵੀ ਪੁਲਿਸ ਵਾਲੀ ਕੁੜੀ ਦਾ ਰਿਸ਼ਤਾ ਨਾ ਲੈ, ਪਰ ਤੂੰ ਕਿਹੜਾ ਮੰਨੀ? ਹਾਂ ਬੇਬੇ ਮੈਂ ਵੀ ਹੁਣ ਇਹੀ ਸੋਚਦਾ, ਆਪਾਂ ਨੇ ਨਾ ਐਵੇਂ ਕਰਨਾ ਸੀ ਕਿਸੇ ਟੀਚਰ ਕੁੜੀ ਦਾ ਰਿਸ਼ਤਾ ਲੈ ਲੈਂਦੇ, 8 ਵਜੇ ਡਿਊਟੀ 'ਤੇ ਜਾਇਆ ਕਰਦੀ, 2 ਵਜੇ ਘਰੇ ਆ ਜਾਇਆ ਕਰਦੀ। ਬਈ ਟੀਚਰ ਤੋਂ ਕੀ ਕਰਾਉਣਾ ਸੀ, ਕੋਈ ਘਰੇਲੂ ਕੁੜੀ ਦਾ ਰਿਸ਼ਤਾ ਲੈਂਦੇ, ਵਧੀਆ ਘਰ ਦਾ ਕੰਮ ਕਰਦੀ। ਅਤੇ ਊਂ ਵੀ ਮੈਨੂੰ ਤਾਂ ਇਹਦੀ ਰੋਟੀ ਸਬਜ਼ੀ ਪਸੰਦ ਨਹੀਂ ਆਉਂਦੀ। ਹਾਂ ਬੇਬੇ ਇਹ ਕੰਮ ਕਰਨ ਲੱਗੀ ਨਾ ਥੋੜ੍ਹੀ ਤੇਜ਼ੀ ਕਰਦੀ ਹੈ, ਰੀਝ ਨਾਲ ਨਹੀਂ ਕਰਦੀ ਕੰਮ। ਇਹਨਾਂ ਨੂੰ ਤਾਂ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਫੋਨ ਹੀ ਚਲਾਉਣੇ ਆਉਂਦੇ ਆ, ਕੰਮ ਕੁੰਮ ਕਿਹੜੇ ਜਾਣਦੀਆਂ ਨੇ ਇਹ। ਕਿਉਂ ਬੇਬੇ ਜੀ ਕਦੋਂ ਤੁਹਾਨੂੰ ਟਾਈਮ ਸਿਰ ਰੋਟੀ ਨਹੀਂ ਮਿਲੀ? ਮੈਂ ਚਾਹੇ ਆਪ ਬਿਮਾਰ ਹੋਵਾਂ ਪਰ ਹਮੇਸ਼ਾ ਤੁਹਾਨੂੰ ਟਾਈਮ ਸਿਰ ਰੋਟੀ ਦਿੱਤੀ ਹੈ ਮੈਂ, ਆਪ ਚਾਹੇ ਮੈਂ ਭੁੱਖੀ ਸੋ ਜਾਵਾਂ ਪਰ ਤੁਹਾਡਾ ਢਿੱਡ ਤਾਂ ਭਰਦੀ ਹਾਂ ਨਾ ਮੈਂ। ਭਈ ਯਾਰ ਉਹ ਕਦਾ ਢਿੱਡ ਭਰਨਾ ਹੁੰਦਾ, ਖੱਚਾ ਆਟਾ ਮੱਥੇ ਮਾਰਦੀਆਂ। ਠੀਕ ਹੈ ਫਿਰ ਜੇ ਬੇਬੇ ਵਧੀਆ ਰੋਟੀ ਬਣਾਉਣਾ ਜਾਣਦੇ ਹੈ ਤਾਂ ਫਿਰ ਬੇਬੇ ਬਣਾ ਲਿਆ ਕਰਨ। ਦੇਖ ਤੈਨੂੰ ਬੇਬੇ ਕੁਛ ਕਹਿ ਨਹੀਂ ਰਹੀ, ਤੇਰੀ ਗੱਲ ਮੇਰੇ ਨਾਲ ਹੋ ਰਹੀ ਹੈ ਨਾ ਤਾਂ ਸਿਰਫ ਮੇਰੇ ਤੱਕ ਹੀ ਰੱਖ। ਇਸ਼ਾਰਾ ਤਾਂ ਬੇਬੇ ਦਾ ਹੀ ਚੱਲਦਾ, ਬੋਲ ਕੇ ਤੁਸੀਂ ਕਹਿ ਦਿੰਦੇ ਹੋ। आ गई है। बंदे ने सारा दिन काम करके रोटी खानी होंगी, आ जहर बना रखी है पापा लून। मैं तो जो मर्जी कर ला
ਤੁਸੀਂ ਨੁਕਸੀ ਕੱਢਣਾ ਹੁੰਦਾ ਕਦੇ ਜ਼ਿਆਦਾ ਤੇ ਕਦੇ ਘੱਟ ਚੱਕ ਲੈ ਜਾਣਾ ਮੈਂ ਨਹੀਂ ਖਾਣੀ ਮੈਂ ਜਾ ਕੇ ਬਾਕੜੀਆਂ ਢਾਬੇ ਦੀ ਖਾਣਾ ਕੀ ਗੱਲ ਪੁੱਤ ਉੱਚੀ ਉੱਚੀ ਜੇ ਬੋਲੀ ਜਾਂਦੇ ਸੀ ਉਹ ਬੇਬੇ ਰੋਟੀ ਖਾਣ ਲੱਗਿਆ ਸੀ ਉਹਨੇ ਦਾਲ ਦੀ ਜ਼ਹਿਰ ਬਣਾਈ ਪਈ ਆ ਦੱਸ ਕਿਵੇਂ ਰੋਟੀ ਖਾਵਾਂ ਕੋਈ ਨਾ ਪੁੱਤ ਰੋਟੀ ਤਾਂ ਮੈਂ ਬਣਾ ਦਿੰਦੀ ਹਾਂ ਜੇ ਇਹਨੂੰ ਰੋਟੀ ਸਬਜ਼ੀ ਆਉਂਦੀ ਫਿਰ ਅਗਲਾ ਕੇ ਛੱਡਦਾ ਚੱਲ ਪੁੱਤ ਮੈਂ ਬਣਾ ਕੇ ਦਿੰਦੀ ਹਾਂ सारा दिन ध्यान तो तेरा फोन च रहा है ता ही दाल च लून कदे वध पानी कदे घट पानी है दस हुण कड़े यार नूं ला रख्या सी मम्मा नूं दित्ता सी फोन मैं बीमार ने ओह उहनां दा हाल पुछण वास्ते फोन कीता सी मैं देखा फड़ा फोन मैं सच कह रही हां मम्मी दा ही सी फोन फड़ा दे नहीं जान तो मार दूंगा तेनूं फड़ा फोन अच्छा बहुत शौक आ तेनूं हैना लाइव सुनाउण दा अपनी मां नूं बात चलन तीवी ताही तेनू पहला किसने तलाक दिता सी तेरी औकात है नहीं किसी घर वाली बन दी बजारू औरतों तू बजारू मेरी जिंदगी नरक करके रखती बस बहुत बर्दाश्त कर लिया हूं मैं तेरी खुद की औकात नहीं हैगी टीवी रखन दी तू हूं मेनू मेरी औकात दसेगी जा निकल मेरे घरों मेनू भी ना कोई शौक नहीं है एहो जे बंदे दे घर रहन दा जो अपनी बीवी दी रिस्पेक्ट ना करे तेरे पिछे मैं अपने दोस्त छड्डे नौकरी छड्डी रिश्तेदार छड्डे ते बदले च मेनू की मिलिया आ थप्पड़ ओ थप्पड़ तू अपनी औकात नाल खादा मेनू धोखा दे के वाह था यार तक घर ही आ गया दिल्ली लग जाना बेचारे दा थोड़ा जा सबर कर लेंदा ड्यूटी ती मिल लेंदा ए भैन आ वे छोटी इस बारे बकवास मारदा मैं पहला फोन ते सुन रिया थी अच्छा जे भैन सी ताही नंबर लगो के सेव करदी सी भैन कानू आ मशूक होनी लगदा तेनू प्यार ना गल समझ नहीं आउंदी जो किस्मत मजदा तलाक हो गया ओदा नजायज होया चक्क तो डरा डरा के इना दी गंदी सोच करके मैं नंबर ते मॉम लिखया सी मैं सोचिया जे उन्हें पता लग गया कि मैं थोड़े नाल गल कर रही हां ते जरूर गलत ही समझणगे मैं भने बड़ा भाई हुंदा पूरा फर्ज निभाऊंगा तू कल तो ड्यूटी ते जा मैं देदा तेनू केड़ा रोकदा ए किवें ज्वाइन करोगी इन्हां दा नौकरी छड्डती छुट्टी नहीं सी 2 महीने दी मैं कहया सीगा छुट्टी ले ला भाई तेरा घर बाज जाऊगा पर सुन नहीं कसर नहीं छड्डी तंग करके रखया इहनूं काव्या काव्या मैनूं माफ कर दे मैं एवें बस गलत फहमी तेरे ते शक करदा रहा ताही यार मैं तेरे नाल इहजा बिहेव कीता पर सच दसा यार मैं तेनूं बहुत प्यार करदा धीए मैं भी गुस्से च तेनूं बहुत गलत बोली पर मैनूं माफ कर दे कई वार गलत फहमी ना रिश्ते ते राड़ पा दिंदे ने जिहना करके गलत लाग तक पहुंच जांदी आ रिश्ते दिल नाल निभाए जांदे ने दिमाग नाल नहीं तो बंदा मारू पानिया नी देखी शतर राउल खाऊगा।